सी देख रहे हो सांझ टीवी न्यूज पोर्टल। ਸ਼ਾਹਕੋਟ ਦੇ ਮੁਹੱਲਾ ਢੇਰੀਆਂ ਵਿਖੇ ਚੋਰਾਂ ਨੇ ਇੱਕ ਬੰਦ ਪਈ ਕੋਠੀ ਨੂੰ ਨਿਸ਼ਾਨਾ ਬਣਾ ਕੇ ਲੱਖਾਂ ਰੁਪਏ ਦੇ ਗਹਿਣੇ ਅਤੇ ਕੀਮਤੀ ਸਮਾਨ ਚੋਰੀ ਕਰ ਲਿਆ। ਜਾਣਕਾਰੀ ਅਨੁਸਾਰ ਨੰਬਰਦਾਰ ਗੁਰਪਿੰਦਰ ਸਿੰਘ ਵਾਸੀ ਮੁਹੱਲਾ ਢੇਰੀਆਂ ਸ਼ਾਹਕੋਟ ਬੀਤੇ ਸਵਾ ਮਹੀਨਾ ਪਹਿਲਾਂ ਆਪਣੇ ਪਰਿਵਾਰ ਸਮੇਤ ਕੈਨੇਡਾ ਗਿਆ ਸੀ, ਜਿਸ ਉਪਰੰਤ ਕੋਠੀ ਦੀ ਦੇਖਰੇਖ ਉਸਦਾ ਦੋਸਤ ਅਵਤਾਰ ਸਿੰਘ ਕਰਦਾ ਸੀ। ਬੀਤੇ ਕਰੀਬ ਇੱਕ ਹਫ਼ਤਾ ਪਹਿਲਾਂ ਜਦ ਅਵਤਾਰ ਸਿੰਘ ਨੇ ਕੋਠੀ ਵਿੱਚ ਆ ਕੇ ਦੇਖਿਆ ਤਾਂ ਸਭ ਕੁਝ ਠੀਕ ਸੀ। ਵੀਰਵਾਰ ਬਾਅਦ ਦੁਪਹਿਰ ਕਰੀਬ 1:30 ਵਜੇ ਨੰਬਰਦਾਰ ਜਦ ਵਿਦੇਸ਼ ਤੋਂ ਵਾਪਸ ਆਇਆ ਤਾਂ ਉਸਨੇ ਆਪਣੇ ਦੋਸਤ ਅਵਤਾਰ ਸਿੰਘ ਨੂੰ ਫੋਨ ਕੀਤਾ, ਜਿਸ ਦੌਰਾਨ ਦੋਵੇਂ ਜਦ ਕੋਠੀ ਦਾ ਗੇਟ ਖੋਲ੍ਹ ਕੇ ਅੰਦਰ ਵੜੇ ਤਾਂ ਕੋਠੀ ਅੰਦਰ ਜਾਣ ਵਾਲੇ ਦਰਵਾਜ਼ੇ ਦਾ ਲੌਕ ਟੁੱਟਾ ਹੋਇਆ ਸੀ ਅਤੇ ਕਮਰਿਆਂ ਵਿੱਚ ਸਾਰਾ ਸਮਾਨ ਖਿਲਰਿਆ ਪਿਆ ਸੀ। ਉਸਨੇ ਦੱਸਿਆ ਕਿ ਚੋਰ ਘਰ ਦੇ ਸਟੋਰ ਵਿੱਚ ਪਈਆਂ ਲੋਹੇ ਦੀਆਂ ਅਲਮਾਰੀਆਂ ਤੋੜ ਕੇ ਕਰੀਬ 10 ਤੋਲੇ ਸੋਨਾ, 20,000 ਰੁਪਏ ਦੀ ਨਗਦੀ ਅਤੇ ਘਰ ਵਿੱਚ ਪਏ 4 ਗੈਸ ਸਿਲੰਡਰ ਸਮੇਤ ਹੋਰ ਵੀ ਲੱਖਾਂ ਰੁਪਏ ਦਾ ਕੀਮਤੀ ਸਮਾਨ ਚੋਰੀ ਕਰਕੇ ਲੈ ਗਏ। ਹਾਂਜੀ ਭਾਅ ਜੀ, ਚੋਰੀ ਕਿੱਥੇ ਕਿਹੜੇ ਮਹੱਲੇ 'ਚ ਹੋਈ ਹੈ ਜੀ? ਇਹ ਭਾਅ ਜੀ, ਮੈਂ ਗੁਰਪਿੰਦਰ ਸਿੰਘ ਨੰਬਰਦਾਰ, ਮੁਹੱਲਾ ਢੇਰੀਆਂ ਸ਼ਾਹਕੋਟ, ਅਤੇ ਇੱਥੇ ਮੇਰੇ ਘਰ ਚੋਰੀ ਹੋਈ ਹੈ। ਅੱਛਾ, ਤੁਸੀਂ ਕਿੱਥੇ ਗਏ ਹੋਏ ਸੀ ਜੀ? ਮੈਂ 14 ਜੂਨ ਤੋਂ ਮੈਂ ਕੈਨੇਡਾ ਗਿਆ ਰਿਹਾ ਸੀ ਅਤੇ ਅੱਜ 26 ਜੁਲਾਈ ਨੂੰ ਮੈਂ ਵਾਪਸ ਆਇਆ ਅਤੇ ਮੈਂ ਦੇਖਿਆ ਘਰ ਦੇ ਸਾਰੇ ਜਿੰਨੇ ਚੋਰਾਂ ਨੇ ਭੰਨ ਕੇ ਕੀਮਤੀ ਸਮਾਨ ਚੋਰੀ ਕਰਕੇ ਲੈ ਗਿਆ ਅਤੇ ਉਹਦੇ ਸਾਰਾ ਘਰ ਦਾ ਸਮਾਨ ਖਿਲਰਿਆ ਪਿਆ। ਕੀ ਚੋਰੀ ਹੋਇਆ ਜੀ? ਕੀਮਤੀ ਸਮਾਨ ਉਹਦੇ 'ਚ ਸੋਨਾ, ਮੇਰਾ ਕਿੰਨਾ ਕੁ ਸੋਨਾ ਸੀ? 10 ਤੋਲੇ ਸੋਨਾ। ਅੱਛਾ, ਕੋਈ ਨਗਦੀ ਵਗੈਰਾ ਵੀ ਸੀ? ਹਾਂਜੀ, 20,000 ਨਗਦੀ। ਅੱਛਾ ਜੀ, ਅਤੇ ਪੁਲਿਸ ਨੂੰ ਰਿਪੋਰਟ ਕਰਤੀ ਜੀ ਤੁਸੀਂ? ਹਾਂਜੀ, ਪੁਲਿਸ ਨੂੰ ਰਿਪੋਰਟ ਕਰਤੀ। ਠੀਕ ਹੈ, ਹੋਰ ਇਸ ਤੋਂ ਇਲਾਵਾ ਵੀ ਕੋਈ ਚੋਰੀ ਹੋਇਆ ਜੀ? ਹੋਰ ਅੱਜ ਮੈਨੂੰ ਤਾਂ ਪਤਾ ਨਹੀਂ, ਮੇਰੀ ਵਾਈਫ ਅਜੇ ਕੈਨੇਡਾ ਹੀ ਆ, ਬਾਕੀ ਉਹਨਾਂ ਨੂੰ ਪਤਾ ਹੋਊਗਾ। ਇਸ ਸਬੰਧੀ ਜਦ ਪੁਲਿਸ ਨੂੰ ਪਤਾ ਲੱਗਾ ਤਾਂ ਮਾਡਲ ਥਾਣਾ ਸ਼ਾਹਕੋਟ ਦੇ ASI ਮੌਕੇ ਤੇ ਪਹੁੰਚੇ, ਜਿਨ੍ਹਾਂ ਵਾਰਦਾਤ ਦੀ ਜਾਂਚ ਸ਼ੁਰੂ ਕੀਤੀ। ASI ਬਲਵਿੰਦਰ ਸਿੰਘ ਨੇ ਦੱਸਿਆ ਕਿ ਚੋਰਾਂ ਦੀ ਭਾਲ ਸੰਬੰਧੀ ਫਿੰਗਰਪ੍ਰਿੰਟ ਮਾਹਰਾਂ ਦੀ ਟੀਮ ਨੂੰ ਬੁਲਾਇਆ ਗਿਆ ਅਤੇ ਜਲਦੀ ਚੋਰਾਂ ਦੀ ਭਾਲ ਕਰ ਲਈ ਜਾਵੇਗੀ। ਹਾਂਜੀ, ਅੱਜ ਇੱਕ ਦਰਖਾਸਤ ਗੁਰਪਿੰਦਰ ਸਿੰਘ ਨੰਬਰਦਾਰ ਮੁਹੱਲਾ ਢੇਰੀਆਂ ਸ਼ਾਹਕੋਟ ਤੋਂ ਵਸੂਲ ਹੋਈ ਹੈ। ਉਹਨਾਂ ਦੱਸਿਆ ਕਿ ਉਹ 42 ਦਿਨ ਪਹਿਲਾਂ ਕੈਨੇਡਾ ਗਏ ਸੀਗੇ ਅਤੇ ਅੱਜ ਜਸਟ ਆਏ ਆ ਅਤੇ ਉਹਨਾਂ ਘਰ ਦੇਖਿਆ ਆਪਣਾ ਆ ਕੇ ਅਤੇ ਘਰ ਦੇ ਵਿੱਚ ਕਿਸੇ ਨੇ ਚੋਰ ਨੇ ਆ ਕੇ ਚੋਰੀ ਕਰ ਲਈ ਆ, ਅਲਮਾਰੀਆਂ ਵਗੈਰਾ ਤੋੜੀਆਂ, ਫੋਲਾ ਫਾਲੀ ਕੀਤੀ ਹੋਈ ਹੈ ਅਤੇ ਪਹਿਲਾਂ ਲਿਖਿਆ ਵੀ 10 ਤੋਲੇ ਸੋਨਾ ਸੀਗਾ, ਕੁਛ ਸਿਲੰਡਰ ਨੇ 4, ਬਾਕੀ ਉਹ ਚੈੱਕ ਕਰਕੇ ਦੱਸਣਗੇ ਜੀ। ਮੌਕਾ ਦੇਖ ਲਿਆ, ਫੋਟੋਗ੍ਰਾਫੀ ਕਰ ਲਈ ਹੈ ਅਤੇ ਫੋਰੈਂਸਿਕ ਸਾਇੰਸ ਲੈਬ ਨੂੰ ਬੁਲਾਇਆ ਗਿਆ ਵਾ ਅਤੇ ਜਥੇਬੰਦੀ ਕਾਰਵਾਈ ਅਮਲ 'ਚ ਲਿਆਉਂਦੀ ਜਾ ਰਹੀ ਹੈ। ਠੀਕ ਹੈ, ਅਤੇ ਜਦੋਂ ਗਏ ਸੀ ਉਹ ਕਿਸੇ ਨੂੰ ਵੀ ਘਰ ਛੱਡ ਕੇ ਨਹੀਂ ਗਏ ਸੀਗੇ ਜੀ, ਅਤੇ ਅਸੀਂ ਇਸ ਚੈਨਲ ਜ਼ਰੀਏ ਲੋਕਾਂ ਨੂੰ ਇਹ ਇਨਫੋਰਮ ਕਰਨਾ ਚਾਹੁੰਦੇ ਹਾਂ ਕਿ ਜਦੋਂ ਵੀ ਲੰਬੇ ਸਮੇਂ ਵਾਸਤੇ ਬਾਹਰ ਜਾਓ ਅਤੇ ਕਮ ਸੇ ਕਮ ਆਪਣੇ ਆਂਢ ਗੁਆਂਢ ਨੂੰ ਦੱਸ ਕੇ ਜਾਓ, ਜਿਊਲਰੀ ਵਗੈਰਾ ਲੋਕ ਰੱਖ ਕੇ ਜਾਣੀ ਚਾਹੀਦੀ ਹੈ ਅਤੇ ਉਸ ਤੋਂ ਇਲਾਵਾ ਪੁਲਿਸ ਨੂੰ ਵੀ ਇਨਫੋਰਮ ਕਰਨਾ ਚਾਹੀਦਾ ਤਾਂ ਕਿ ਵੈ ਵੈ ਅਸੀਂ ਆਪਣਾ ਗਸਤ ਨਾਲ ਉਹਨੂੰ ਕਵਰ ਕਰਦੇ ਰਹੀਏ ਜੀ। ਕੋਈ ਸਰ CCTV ਕੈਮਰੇ ਬਾਰੇ ਆਸੇ ਪਾਸੇ ਦੇਖਿਆ ਤੁਸੀਂ ਕੋਈ? ਨਹੀਂ ਨਹੀਂ, ਫਿਲਹਾਲ ਜੀ ਤਾਂ ਦਰਖਾਸਤ ਮਿਲੀ ਹੈ ਜੀ, ਮੈਂ ਜਸਟ ਮੌਕੇ 'ਤੇ ਆਇਆ ਜੀ, ਉਹ ਸਾਰਾ ਹੀ ਟੈਕਨੀਕਲ ਤਰੀਕੇ ਨਾਲ ਇਹਨੂੰ ਫਾਲੋ ਕਰਾਂਗੇ ਜੀ। ਸ਼ਾਹਕੋਟ ਤੋਂ ਆਜ਼ਾਦ ਸਚਦੇਵਾ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ TV ਨਿਊਜ਼ ਪੋਰਟਲ, ਜਿਹਦੇ ਵਿੱਚ ਅਸੀਂ ਤੁਹਾਨੂੰ ਦਿਖਾਉਂਦੇ ਰਹਾਂਗੇ ਨਿਊਜ਼ ਅਪਡੇਟ, ਸਪੈਸ਼ਲ ਸਟੋਰੀਜ਼, ਲਾਈਵ ਕਨਸਰਟ ਤੇ ਇਦਾਂ ਦੀਆਂ ਹੋਰ ਵੀ ਗਤੀਵਿਧੀਆਂ ਨੂੰ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ। ਨੀਚੇ ਦਿੱਤੇ ਹੋਏ ਸਬਸਕ੍ਰਾਈਬ ਐਂਡ ਬੈਲ ਦੀ ਆਪਸ਼ਨ ਤੇ ਕਲਿੱਕ ਕਰੋ ਤਾਂ ਕਿ ਅਸੀਂ ਸਾਡੀਆਂ ਲੇਟੈਸਟ ਅਪਡੇਟਸ ਨੂੰ ਤੁਹਾਡੇ ਤੱਕ ਪਹੁੰਚਾ ਸਕੀਏ।